संबंध मेरे हगे ने लेकिन खालिस्तानी दी भैन मां दे नाल बनांदा मैं रोज संबंध लेकिन खालिस्तान दी मामा भैन सिंह नाल वैर ना तू भाई वीरिया सिंह नाल वैर ना तू भाई वीरिया निकलिया बहुता कुछ नहीं माड़ी मोटी जिहड़ी प्राप्ति हुई है वो इस करके हुई है भी आपां आपसी झगड़ा नहीं पैदा किया क्योंकि हरियाणे की भी दिल्ली उन्नी वैरी है जिनी पंजाब की है सो आपां एक दूजे का साथ बन के इत्थे महापंजाब जिहड़ा वा उहदे सुपने नूं सिरजना है ना कि वंडी पाउणी है। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੌਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਚੈਲਦਾਰ। ਯਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਕਤਲ ਹੋ ਚੁੱਕਿਆ ਹੈ ਤੇ ਇਹ ਕਤਲ ਦਾ ਇਲਜ਼ਾਮ ਇੱਕ ਸਰਦਾਰ ਉੱਤੇ ਲੱਗਾ ਹੈ। ਸ਼ਿਵ ਸੈਨਾ ਦੇ ਆਗੂਆਂ ਤੇ ਕੁਝ ਹਿੰਦੂ ਲੋਕਾਂ ਵੱਲੋਂ ਇਹ ਕਹਿਣਾ ਹੈ ਕਿ ਇਹ ਕਤਲ ਖਾਲਿਸਤਾਨੀਆਂ ਵੱਲੋਂ ਕਰਵਾਇਆ ਗਿਆ ਹੈ। ਇਹ ਕਤਲ ਅੰਮ੍ਰਿਤਪਾਲ ਸਿੰਘ ਵੱਲੋਂ ਕਰਵਾਇਆ ਗਿਆ ਹੈ। ਜੀ ਹਾਂ, ਜਿਵੇਂ ਕਿ ਸੁਧੀਰ ਸੂਰੀ ਹਮੇਸ਼ਾ ਹੀ ਗਰਮ ਬੋਲਦਾ, ਸੁਧੀਰ ਸੂਰੀ ਦਾ ਕਹਿਣਾ ਸੀ ਕਿ ਇਹ 2% ਨੇ, ਇਹਨਾਂ ਨੂੰ ਮਸਲ ਕੇ ਰੱਖ ਦਿਓ। ਸੋ ਇਸ ਦੇ ਚੱਲਦਿਆਂ ਹੀ ਲੋਕ ਇਹ ਸੋਚ ਰਹੇ ਨੇ ਕਿ ਸੂਰੀ ਦਾ ਕਤਲ ਅੰਮ੍ਰਿਤਪਾਲ ਸਿੰਘ ਵੱਲੋਂ ਕਰਵਾਇਆ ਗਿਆ ਹੈ। ਪਰ ਹਾਲ ਹੀ ਵਿੱਚ ਇੱਕ ਭੈਣ ਨੇ ਇੱਕ ਵੱਡਾ ਖੁਲਾਸਾ ਕਰਕੇ ਰੱਖ ਦਿੱਤਾ ਹੈ। ਸੋ ਇਹ ਭੈਣ ਕੀ ਕਹਿ ਰਹੀ ਹੈ, ਤੁਹਾਨੂੰ ਪੂਰੀ ਵੀਡੀਓ ਵੱਲ ਲੈ ਚੱਲਦੇ ਹਾਂ। ਆ ਸਾਡੇ ਸਰਦਾਰ ਐਵੇਂ ਪੁੱਛਾਂ ਚੱਕ ਚੱਕ ਕੇ ਵੀਡੀਓ ਪਾਈ ਜਾਂਦੇ ਕਿ ਮੈਂ ਸੂਰੀ ਦੀ ਕੋਈ ਸਕੇ ਨਹੀਂ ਹੈਗੀ ਵੀ ਸੂਰੀ ਦਾ ਪਟਾਕਾ ਬੋਲ ਗਿਆ, ਪਟਾਕਾ ਬੋਲ ਗਿਆ, ਸਿੰਘਾਂ ਨੇ ਖਾਲਿਸਤਾਨੀ ਨੇ, ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ। ਉਹਦਾ ਜਿਹੜਾ ਮੰਦਰ ਸੀ ਨਾ ਗੋਪਾਲ ਮੰਦਰ, ਉਹਦੇ ਸਾਹਮਣੇ ਜਿਹੜੀ ਦੁਕਾਨ ਸੀ ਉਹ ਸਨੀ ਦੀ ਦੁਕਾਨ ਸੀ ਅਤੇ ਉਹਦੀ ਗੱਡੀ ਖੜੀ ਸੀ। ਉਹਨੂੰ ਕਹਿੰਦੇ ਸੀ ਵੀ ਗੱਡੀ ਪਰਾ ਕਰ ਆਪਣੀ, ਉਹਨੇ ਗੱਡੀ ਨਹੀਂ ਪਰਾ ਕੀਤੀ, ਉਹਨਾਂ ਤੂੰ ਮੈਂ ਹੋਈ ਅਤੇ ਗੋਪਾਲ ਮੰਦਰ ਦੇ ਵਿੱਚ ਸੂਰੀ ਦਾ ਆਪਸੀ ਵਿਵਾਦ ਸੀ ਕਿਉਂਕਿ ਜਿਹੜੀਆਂ ਦੀਵਾਲੀ ਤੋਂ ਬਾਅਦ ਜਿਹੜੀਆਂ ਮੂਰਤੀਆਂ ਸੀ ਨਾ ਉਹ ਬਿੰਨ ਕੀਤੀਆਂ ਹੋਈਆਂ ਸੀ, ਰੱਬਿਸ਼ 'ਚ ਪਾਈਆਂ ਹੋਈਆਂ ਸੀਗੀਆਂ ਅਤੇ ਨਾਲ ਗੁਰੂਆਂ ਦੀਆਂ ਫੋਟੋਆਂ ਵੀ ਸੀ ਕਿਉਂਕਿ ਹਰ ਮੰਦਰ ਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਹੁੰਦੀਆਂ ਨਾਲ। ਅਤੇ ਸੂਰੀ ਇਸ ਕਰਕੇ ਉੱਥੇ ਗਿਆ ਸੀਗਾ, ਕੋਈ ਖਾਲਿਸਤਾਨੀ ਕੋਈ ਸਿੱਖਾਂ ਨੇ ਕੋਈ ਪਟਾਕਾ ਨਹੀਂ ਪਾਇਆ। ਇਹ ਉੱਥੇ ਗੋਪਾਲ ਮੰਦਰ ਦੇ ਗੁਆਂਢ ਦੇ ਵਿੱਚ ਸੰਦੀਪ ਸਨੀ ਦੀ ਦੁਕਾਨ ਸੀ ਜਿਹਨੇ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਪਿਸਟਲ ਨਾਲ ਸੂਰੀ ਨੂੰ ਮਾਰਿਆ। ਆਪਸੀ ਰੰਜਿਸ਼ ਸੀ, ਕੋਈ ਸਿੱਖਾਂ ਹਿੰਦੂਆਂ ਦਾ ਚੱਕਰ ਨਹੀਂ ਹੈਗਾ, ਐਵੇਂ ਬੋਲੀ ਜਾਂਦੇ ਹੋ। ਹਾਂਜੀ ਮਿੱਤਰੋ, ਤੁਸੀਂ ਕਿਸ ਨੂੰ ਸਪੋਰਟ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸੋ ਹਾਜ਼ਰ ਹੁੰਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਤਦ ਤੱਕ ਦੇਖਦੇ ਰਹੋ ਟੌਪ ਪੰਜਾਬ ਟੀਵੀ।